ਬੇहद ਅਫਸੋਸ ਦੀ ਗੱਲ ਹੈ ਕਿ ਪੰਜਾਬੀ ਫਿਲਮਾਂ ਦੇ ਲੰਮਾ ਸਮਾਂ ਰਾਜ ਕਰਨ ਵਾਲੇ ਕਸ਼ਮੀਰੀ ਮੂਲ ਦੇ ਬਹੁਤ ਹੁਸੀਨ ਨੌਜਵਾਨ ਸतीश ਕੌਲ ਸਾਬ ਦਾ ਅਜੇ ਹੰਤ ਹੋ ਗਿਆ ਸतीश ਕੌਲ ਪੰਜਾਬੀ ਫਿਲਮ ਨੂੰ ਬਹੁਤ ਵੱਡੀਆਂ ਉਚਾਈਆਂ ਤੱਕ ਲੈ ਗਏ ਔਰ ਮੇਰੇ ਦਿਨ ਯਾਦ ਨੇ ਜਦੋਂ ਉਹਨਾਂ ਨੇ ਇੰਦਰਜੀ ਸਾਸਨਪੁਰੀ ਦੀਆਂ ਫਿਲਮਾਂ ਵਿੱਚ ਕੰਮ ਕੀਤਾ ਸ਼ੁਰੂ ਔਰ ਉਸ ਤੋਂ ਬਾਅਦ ਸੈਂਕੜੇ ਫਿਲਮਾਂ ਦੇ ਵਿੱਚ ਉਹਨਾਂ ਨੇ ਨਾਇਕ ਦੀ ਭੂਮਿਕਾ ਨਿਭਾਈ ਕੁਝ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਉਹਨਾਂ ਨੇ ਪਰ ਉਹਨਾਂ ਦਾ ਜਿਹੜਾ ਆਖਰੀ ਸਮਾਂ ਸੀ ਖਾਸ ਕਰਕੇ ਆਖਰੀ 10 ਸਾਲ ਉਹ ਦੁੱਖਾਂ ਭਰੇ ਸੀ ਇੰਨੇ ਦੁੱਖਾਂ ਭਰੇ ਕਿ ਅਪੀਲਸ ਕਰਨੀਆਂ ਪਈਆਂ ਸਮਾਜਿਕ ਜਥੇਬੰਦੀਆਂ ਨੂੰ ਕਿ ਉਹਨਾਂ ਦੀ ਸਿਹਤ ਯਾਬੀ ਦਾ ਖਿਆਲ ਰੱਖਿਆ ਜਾਵੇ ਉਹ ਲੁਧਿਆਣਾ ਦੇ ਵਿੱਚ ਇੰਸਟੀਚਿਊਟ ਵੀ ਸ਼ੁਰੂ ਕੀਤਾ ਉਹਨਾਂ ਨੇ ਨਾ ਚੱਲ ਸਕਿਆ ਬਾਅਦ ਚ ਪਟਿਆਲਾ ਦੇ ਵਿੱਚ ਸੱਜਗਜੀਤ ਸਿੰਘ ਦਰਦੀ ਹੋਰਾਂ ਨੇ ਹਿੰਮਤ ਕਰਕੇ ਆਪਣੇ ਟੀਵੀ ਚੈਨਲ ਔਰ ਇੱਕ ਸਟੂਡੀਓ ਡਿਵੈਲਪ ਕੀਤਾ ਉਹਨਾਂ ਵਾਸਤੇ ਉਹ ਵੀ ਨਾ ਚੱਲ ਸਕਿਆ ਗਿਆਨ ਸਾਗਰ ਵਾਲੇ ਦੋਸਤਾਂ ਨੇ ਉਹਨਾਂ ਦੇ ਇਲਾਜ ਵਾਸਤੇ ਫਰੰਦ ਕੀਤਾ ਗੱਲ ਨਾ ਬਣ ਸਕੀ ਪਾਸ਼ਾਪਗ ਪੰਜਾਬ ਨੇ ਉਹਨਾਂ ਨੂੰ ਸ਼੍ਰੋਮਣੀ ਫਿਲਮ ਅਦਾਕਾਰ ਦਾ ਪੁਰਸਕਾਰ ਵੀ ਦਿੱਤਾ 5 ਲੱਖ ਰੁਪਏ ਦਾ ਮੈਨੂੰ ਯਾਦ ਹੈ ਪਟਿਆਲੇ ਸਾਸੂ ਜੀ ਸਿੰਘ ਰਖੜਾ ਦੇ ਸਮਾਂਕਾਲ ਦੇ ਵਿੱਚ ਹੋਇਆ ਸੀ ਸੋ ਉਹ ਵੀ ਉਹਨਾਂ ਦਾ ਕਿਸੇ ਤਰ੍ਹਾਂ ਨਾਲ ਵੀ ਉਦਾਹਰਨਾ ਕਰ ਸਕਿਆ ਅੱਜ ਉਸ ਤੇ ਜਾਣ ਦੇ ਉੱਤੇ ਇਸ ਵਾਸਤੇ ਮੈਂ ਉਦਾਸ ਹਾਂ ਕਿ ਉਹ ਇੱਕ ਵੱਡਾ ਚੈਪਟਰ ਸੀ ਪੰਜਾਬੀ ਫਿਲਮ ਇੰਡਸਟਰੀ ਦਾ ਜਿਹੜਾ ਵਰਕਾਜ ਪਾਟ ਗਿਆ